ਨਿਕਾਹ 'ਚ ਇਹਨਾਂ ਚੀਜ਼ਾਂ 'ਤੇ ਲੱਗ ਗਈ ਆ ਪਾਬੰਦੀ। ਹਲਦੀ ਦੀ ਰਸਮ 'ਤੇ ਲਗਾ ਦਿੱਤੀ ਗਈ ਰੋਕ। ਵਿਆਹ 'ਚ ਨਹੀਂ ਚੱਲਣਗੇ ਪਟਾਕੇ। ਬਰਾਤ ਦਾ ਸਵਾਗਤ ਨਹੀਂ ਕਰਨਗੀਆਂ ਔਰਤਾਂ। ਵਿਆਹਾਂ ਨੂੰ ਲੈ ਕੇ ਪਹਿਲਾਂ ਵੀ ਤੁਸੀਂ ਇੱਕ ਖਬਰ ਸੁਣੀ ਸੀ ਜਿੱਥੇ ਕਿ ਵਿਆਹਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ। ਪਰ ਹੁਣ ਜੇ ਅਸੀਂ ਗੱਲ ਕਰ ਲਈਏ ਨਿਕਾਹ ਦੀ, ਜਿੱਥੇ ਕਿ ਮੁਸਲਿਮ ਭਾਈਚਾਰੇ ਦੇ ਵਿੱਚ ਨਿਕਾਹ ਕੀਤਾ ਜਾਂਦਾ ਆ, ਤਾਂ ਹੁਣ ਨਿਕਾਹ ਦੇ ਦੌਰਾਨ ਕਈ ਰਸਮਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਆ। ਜਿਵੇਂ ਕਿ ਅਸੀਂ ਗੱਲ ਕਰ ਲੈਂਦੇ ਹਾਂ, ਨਿਕਾਹ ਦੇ ਵਿੱਚ ਬਰਾਤ ਦਾ ਸਵਾਗਤ ਹੁੰਦਾ ਆ, DJ ਚੱਲਦੇ ਨੇ, ਜਾਂ ਫਿਰ ਅਸੀਂ ਹਲਦੀ ਦੀ ਰਸਮ ਦੀ ਗੱਲ ਕਰ ਲੈਂਦੇ ਹਾਂ। ਕਿਉਂਕਿ ਪਹਿਲਾਂ ਜੇ ਗੱਲ ਕਰੀਏ, ਬਹੁਤ ਸਾਰੇ ਭਾਈਚਾਰਿਆਂ ਦੇ ਵਿੱਚ ਇਸ ਤਰ੍ਹਾਂ ਰਸਮਾਂ ਹੁੰਦੀਆਂ ਸੀ, ਜਿਸ ਨੂੰ ਦੇਖੋ ਦੇਖ ਹਰ ਇੱਕ ਭਾਈਚਾਰੇ ਦੇ ਵਿੱਚ ਰਸਮ ਕਰਨੀ ਸ਼ੁਰੂ ਕਰ ਦਿੱਤੀ ਗਈ। ਚਾਹੇ ਫਿਰ ਉਹ ਹਲਦੀ ਦੀ ਰਸਮ ਹੋਵੇ, ਪਟਾਕੇ ਚਲਾਉਣ ਦੀ ਰਸਮ ਹੋਵੇ, ਜਾਂ ਫਿਰ ਅਸੀਂ ਗੱਲ ਕਰ ਲਈਏ ਬਰਾਤ ਦੇ ਸਵਾਗਤ ਦੀ। ਪਰ ਹੁਣ ਇੱਥੇ ਨਿਕਾਹ ਦੇ ਦੌਰਾਨ ਕਈ ਚੀਜ਼ਾਂ 'ਤੇ ਪਾਬੰਦੀ ਲਗਾਈ ਗਈ ਆ। ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਨਿਕਾਹ ਦੇ ਦੌਰਾਨ ਹਲਦੀ ਦੀ, ਹਲਦੀ ਦੀ ਰਸਮ ਦੇ ਉੱਤੇ ਪੂਰਨ ਤੌਰ 'ਤੇ ਰੋਕ ਲਗਾ ਦਿੱਤੀ ਗਈ ਆ। ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ DJ ਦੀ। DJ ਚੱਲਦਾ, ਸਾਊਂਡ ਚੱਲਦਾ, ਜਾਂ ਫਿਰ ਕੋਈ ਨੱਚਣ ਗਾਉਣ ਦੇ ਲਈ ਬੁਲਾਇਆ ਜਾਂਦਾ, ਉਸ 'ਤੇ ਵੀ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਆ। ਇੱਥੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬਰਾਤ ਦਾ ਸਵਾਗਤ ਜ਼ਿਆਦਾਤਰ ਔਰਤਾਂ ਹੀ ਕਰਦੀਆਂ ਨੇ, ਅਤੇ ਇੱਥੇ ਹੁਣ ਬਰਾਤ ਦਾ ਸਵਾਗਤ ਔਰਤਾਂ ਨਹੀਂ ਕਰਨਗੀਆਂ। ਬਿਲਕੁਲ ਸਹੀ ਸੁਣਿਆ ਤੁਸੀਂ ਨੇ, ਔਰਤਾਂ ਬਰਾਤ ਦਾ ਸਵਾਗਤ ਨਹੀਂ ਕਰਨਗੀਆਂ, ਜਿਸ ਦੇ ਉੱਤੇ ਪਾਬੰਦੀ ਲਗਾਈ ਗਈ ਆ। ਅਤੇ ਇੱਥੇ ਇਹ ਵੀ ਕਿਹਾ ਗਿਆ ਕਿ ਜੇਕਰ ਕੋਈ ਇਹਨਾਂ ਰੂਲਾਂ ਨੂੰ ਫੋਲੋ ਨਹੀਂ ਕਰੇਗਾ, ਤਾਂ ਉੱਥੇ ਇਸ ਵਿਆਹ ਨੂੰ, ਇਸ ਨਿਕਾਹ ਨੂੰ ਪੂਰਨ ਤੌਰ 'ਤੇ ਸੰਪੰਨ ਨਹੀਂ ਮੰਨਿਆ ਜਾਵੇਗਾ, ਯਾਨੀ ਕਿ ਇਸ ਵਿਆਹ ਨੂੰ ਵਿਆਹ ਨਹੀਂ ਮੰਨਿਆ ਜਾਵੇਗਾ, ਜਾਂ ਅਸੀਂ ਇਹ ਕਹਿ ਸਕਦੇ ਕਿ ਨਿਕਾਹ ਨੂੰ ਨਿਕਾਹ ਨਹੀਂ ਮੰਨਿਆ ਜਾਵੇਗਾ। ਤਾਂ ਇਹ ਪਾਬੰਦੀਆਂ ਜਿਹੜੀਆਂ ਲਗਾਈਆਂ ਗਈਆਂ ਨੇ ਇੱਕ ਕਮੇਟੀ ਦੇ ਵੱਲੋਂ, ਹੋਰ ਕਿਹੜੀਆਂ ਚੀਜ਼ਾਂ ਦੇ ਉੱਤੇ ਪਾਬੰਦੀ ਲੱਗੀ ਆ, ਅਤੇ ਕੀ ਕੁਛ ਕਿਹਾ ਗਿਆ ਇਸ ਕਮੇਟੀ ਦੇ ਵੱਲੋਂ, ਅਤੇ ਕਿਹੜੀ ਉਹ ਕਮੇਟੀ ਆ ਜਿਨ੍ਹਾਂ ਨੇ ਇਸ ਉੱਤੇ ਪਾਬੰਦੀ ਲਗਾਈ ਆ, ਆਓ ਤੁਹਾਨੂੰ ਇਸ ਦੀ ਪੂਰੀ ਜਾਣਕਾਰੀ ਦਿੰਦੇ ਹਾਂ। ਘੱਟ ਨਾ ਕਰਿਓ, ਭਾਰਤ ਦੇ ਵਿੱਚ ਹਰ ਧਰਮ ਦੇ ਲੋਕ ਰਹਿੰਦੇ ਨੇ, ਇਸ ਕਰਕੇ ਸਾਡੇ ਸੱਭਿਆਚਾਰ ਵੀ ਇੱਕ ਦੂਜੇ ਨਾਲ ਰਲਦੇ ਮਿਲਦੇ ਨੇ। ਜਿੱਥੇ ਹਿੰਦੂਆਂ ਨੇ ਵੀ ਵਿਆਹਾਂ ਦੇ ਵਿੱਚ ਚਿਕਨ ਬਿਰਿਆਨੀ ਬਣਾਉਣੀ ਸ਼ੁਰੂ ਕਰ ਦਿੱਤੀ ਆ, ਉੱਥੇ ਹੀ ਕਈ ਮੁਸਲਿਮ ਵਿਆਹਾਂ ਦੇ ਵਿੱਚ ਵੀ ਹਲਦੀ ਦੀ ਰਸਮ ਦੇਖਣ ਨੂੰ ਮਿਲਣ ਲੱਗੀ ਹੈ। ਪਰ ਸ਼ਾਇਦ ਕੁਝ ਲੋਕ ਰੀਤੀ ਰਿਵਾਜਾਂ 'ਤੇ ਇਸ ਮਿਸ਼ਰਣ ਨੂੰ ਪਸੰਦ ਨਹੀਂ ਕਰ ਰਿਹਾ। ਮੁਰਾਦਾਬਾਦ ਦੀ ਸੂਰਜਨਗਰ ਸਥਿਤ ਮਦਨੀ ਮਸਜਿਦ ਕਮੇਟੀ ਦਾ ਹੁਕਮ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ, ਜਿੱਥੇ ਕਿ ਇਹ ਨੋਟਿਸ 19 ਮਈ ਦਾ ਆ। ਤਾਂ ਨੋਟਿਸ ਰਾਹੀਂ ਲੋਕਾਂ ਨੂੰ ਜ਼ਰੂਰੀ ਜਾਣਕਾਰੀ ਦਿੱਤੀ ਗਈ ਆ, ਜਿਸ ਦੇ ਵਿੱਚ ਅਜਿਹੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਜਿਨ੍ਹਾਂ 'ਤੇ ਹੁਣ ਤੋਂ ਨਿਕਾਹ ਦੌਰਾਨ ਮਨਾਹੀ ਹੋਵੇਗੀ। ਇਹ ਫੈਸਲਾ ਇਸਲਾਹੇ ਮੁਸਰਾ ਕਮੇਟੀ ਨੇ ਦਿੱਤਾ ਆ। ਬੈਠਕ 'ਚ ਸੂਰਜਨਗਰ ਦੇ ਅਇਮਾਏ ਮਸਜਿਦ ਅਤੇ ਮੁਆਜ਼ ਹਜ਼ਰਤ ਦੀ ਮੌਜੂਦਗੀ ਦੇ ਵਿੱਚ 4 ਗੱਲਾਂ ਦਾ ਫੈਸਲਾ ਕੀਤਾ ਗਿਆ, ਜਿਨ੍ਹਾਂ ਦਾ ਹੁਣ ਤੱਕ ਨਿਕਾਹ 'ਚ ਪਾਲਣ ਕਰਨਾ ਬੇਹੱਦ ਜ਼ਰੂਰੀ ਹੈ। ਨੋਟਿਸ ਦੇ ਵਿੱਚ 4 ਗੱਲਾਂ ਦਾ ਜ਼ਿਕਰ ਕੀਤਾ ਗਿਆ ਜਿਨ੍ਹਾਂ ਬਾਰੇ ਕਮੇਟੀ ਨੇ ਆਪਣਾ ਫੈਸਲਾ ਸੁਣਾਇਆ। ਨੋਟਿਸ ਮੁਤਾਬਿਕ ਹੁਣ ਵਿਆਹ ਦੇ ਵਿੱਚ ਹਲਦੀ ਦੀ ਰਸਮ ਨਹੀਂ ਹੋਵੇਗੀ। ਤੁਹਾਨੂੰ ਦੱਸ ਦੇ ਕਿ ਪਿਛਲੇ ਕੁਝ ਸਮੇਂ ਤੋਂ ਅਜਿਹੇ ਕਈ ਮੁਸਲਿਮ ਵਿਆਹ ਦੇਖਣ ਨੂੰ ਮਿਲ ਰਹੇ ਨੇ ਜਿਨ੍ਹਾਂ ਦੇ ਵਿੱਚ ਹਲਦੀ ਦੀ ਰਸਮ ਕੀਤੀ ਜਾ ਰਹੀ ਸੀ, ਪਰ ਹੁਣ ਇਹਨਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹੁਣ ਵਿਆਹਾਂ ਦੇ ਵਿੱਚ ਪਟਾਕੇ ਨਹੀਂ ਚਲਾਏ ਜਾਣਗੇ। ਦੱਸਦੇ ਕਿ ਨੋਟਿਸ ਦੇ ਵਿੱਚ ਔਰਤਾਂ ਲਈ ਵਿਸ਼ੇਸ਼ ਨਿਯਮ ਬਣਾਏ ਗਏ ਨੇ। ਕੁਝ ਨਿਕਾਹਾਂ ਦੇ ਵਿੱਚ ਔਰਤਾਂ ਵੱਲੋਂ ਵੀ ਵਿਆਹ ਦੇ ਬਰਾਤ ਦਾ ਸਵਾਗਤ ਕੀਤਾ ਜਾ ਰਿਹਾ ਸੀ, ਪਰ ਹੁਣ ਇਸ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨਿਕਾਹ ਦੌਰਾਨ DJ, ਡਾਂਸ ਜਾਂ ਗਾਇਨ ਨਹੀਂ ਹੋਵੇਗਾ। ਪਰਚੀ ਦੇ ਵਿੱਚ ਇੱਕ ਖਾਸ ਗੱਲ ਵੀ ਲਿਖੀ ਗਈ ਹੈ, ਜੇਕਰ ਕੋਈ ਇਹਨਾਂ 4 ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਕੋਈ ਵੀ ਉਸਦੇ ਵਿਆਹ ਅਤੇ ਪਾਰਟੀ ਦੇ ਵਿੱਚ ਸ਼ਾਮਿਲ ਨਹੀਂ ਹੋਵੇਗਾ, ਨਾ ਹੀ ਉਸਦਾ ਨਿਕਾਹ
ਸੰਪੰਨ ਹੋਵੇਗਾ। ਜਾਰੀ ਕਿਉਂ ਇਹਨਾਂ ਚਾਰ ਨਿਯਮਾਂ ਨੂੰ ਮੰਨਣਾ ਹੋਵੇਗਾ ਤਾਂ ਹੀ ਵਿਆਹ ਜਿਹੜਾ ਆ ਨਿਕਾਹ ਜਿਹੜਾ ਆ ਸੰਪੰਨ ਮੰਨਿਆ ਜਾਵੇਗਾ, ਜਾਣੀ ਕਿ ਫਿਰ ਹੀ ਉਸਨੂੰ ਪੂਰਨ ਤੌਰ 'ਤੇ ਵਿਆਹ ਮੰਨਿਆ ਜਾਵੇਗਾ ਕਿ ਵਿਆਹ ਹੋ ਚੁੱਕਿਆ ਹੈ। ਹੁਣ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਕਿ ਨਿਕਾਹ ਦੇ ਵਿੱਚ ਇਹਨਾਂ ਰਸਮਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਆ। ਹਲਦੀ ਦੀ ਰਸਮ ਦੀ ਗੱਲ ਕੀਤੀ ਗਈ ਆ, ਉਹ ਨਹੀਂ ਹੋਵੇਗੀ। ਵਿਆਹ ਦੇ ਵਿੱਚ ਡੀਜੇ ਡਾਂਸ ਗਾਉਣ ਬਚਾਉਣ ਨਹੀਂ ਹੋਵੇਗਾ। ਅਤੇ ਜੇ ਤੀਸਰੀ ਗੱਲ ਦੀ ਗੱਲ ਕਰੀਏ ਤਾਂ ਡੀਜੇ ਨਹੀਂ ਚਲਾਏ ਜਾਣਗੇ। ਅਤੇ ਚੌਥੀ ਸ਼ਰਤ ਇਹ ਹੈ ਕਿ ਔਰਤਾਂ ਵਿਆਹ ਦੇ ਵਿੱਚ ਬਰਾਤ ਦਾ ਸਵਾਗਤ ਨਹੀਂ ਕਰਨਗੀਆਂ। ਤਾਂ ਸੁਣਿਆ ਤੁਸੀਂ ਕਿ ਇੱਕ ਕਮੇਟੀ ਦੇ ਵੱਲੋਂ ਇਹਨਾਂ ਰਸਮਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਆ। ਸ਼ਾਇਦ ਉਹ ਕਮੇਟੀ ਆਪਣੇ ਵੱਲੋਂ ਬਿਲਕੁਲ ਠੀਕ ਕਰ ਰਹੀ ਆ, ਪਰ ਕਈ ਲੋਕਾਂ ਨੂੰ ਇਸਦੇ ਉੱਤੇ ਇਤਰਾਜ਼ ਜ਼ਰੂਰ ਹੋਵੇਗਾ, ਕਿਉਂਕਿ ਇਸ ਤੋਂ ਪਹਿਲਾਂ ਜੇ ਅਸੀਂ ਸਿੱਖ ਭਾਈਚਾਰੇ ਦੀ ਗੱਲ ਕਰੀਏ ਤਾਂ ਸਿੱਖ ਭਾਈਚਾਰੇ ਦੇ ਵਿੱਚ ਦਾਜ ਦਹੇਜ 'ਤੇ ਰੋਕ ਲਗਾਉਣ ਦੀ ਗੱਲ ਕਹੀ ਗਈ ਸੀ। ਅਤੇ ਵਿਆਹ ਦੀ ਗੱਲ ਕਰੀਏ, ਵਿਆਹ ਦੇ ਵਿੱਚ ਕੁਝ ਹੀ ਲੋਕ ਮੌਜੂਦ ਹੋਣ ਦੀ ਗੱਲ ਕਹੀ ਗਈ ਸੀ ਕਿ ਜੇਕਰ ਲਾੜੀ ਨੂੰ ਵਿਆਹੁੰਦੇ ਲਈ ਆਉਂਦੇ ਨੇ ਲਾੜੇ ਪਰਿਵਾਰ ਵਾਲੇ, ਤਾਂ ਉਹਦੇ ਵਿੱਚ 5 ਤੋਂ 10 ਬੰਦਿਆਂ ਦਾ ਜ਼ਿਕਰ ਕੀਤਾ ਗਿਆ ਸੀ। ਉਸ ਤੋਂ ਬਾਅਦ ਜੇ ਗੱਲ ਕਰ ਲਈਏ ਕੁੜੀ ਦੇ ਲਹਿੰਗਾ ਪਾਉਣ ਦੀ, ਤਾਂ ਲਹਿੰਗੇ 'ਤੇ ਰੋਕ ਲਗਾ ਦਿੱਤੀ ਗਈ ਸੀ। ਅਤੇ ਜਿਹੜੀਆਂ ਲਾਵਾਂ ਸੀ ਤਾਂ ਉਸਦਾ ਵੀ ਸਮਾਂ ਦਿੱਤਾ ਗਿਆ ਸੀ, ਜਿਸ ਦੇ ਚੱਲਦਿਆਂ ਬਹੁਤ ਸਾਰੇ ਲੋਕਾਂ ਨੇ ਇਤਰਾਜ਼ ਜਤਾਇਆ ਸੀ। ਅਤੇ ਬਹੁਤ ਸਾਰੇ ਲੋਕ ਅੱਜ ਵੀ ਇਹਨਾਂ ਰੂਲਾਂ ਨੂੰ ਫੋਲੋ ਕਰ ਰਹੇ ਨੇ, ਜਿਸ ਦੇ ਨਾਲ ਕਮੇਟੀਆਂ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਸੀ ਕਿ ਇਸ ਦੇ ਨਾਲ ਲੜਕੀ ਦੇ ਮਾਪਿਆਂ ਨੂੰ, ਉਹਨਾਂ ਦੇ ਪਰਿਵਾਰ ਨੂੰ ਕਾਫੀ ਜ਼ਿਆਦਾ ਸਹਾਰਾ ਮਿਲੇਗਾ, ਕਿਉਂਕਿ ਦਾਜ ਦਹੇਜ ਨਾ ਪਹਿਲਾਂ ਕਦੇ ਲਿਆ ਸੀ ਨਾ ਲਿਆ ਜਾਂਦਾ ਸੀ, ਅਤੇ ਹੁਣ ਕਿਉਂ ਇਹ ਰਸਮਾਂ ਚਲਾਈਆਂ ਗਈਆਂ ਨੇ। ਸੋ ਇਸੇ ਤਰ੍ਹਾਂ ਹੁਣ ਨਿਕਾਹ ਦੇ ਵਿੱਚ ਵੀ ਕਈ ਤਰ੍ਹਾਂ ਦੇ ਬਦਲਾਵ ਕਰ ਦਿੱਤੇ ਗਏ ਨੇ ਕਿ ਨਿਕਾਹ ਨੂੰ ਨਿਕਾਹ ਫਿਰ ਮੰਨਿਆ ਜਾਵੇਗਾ ਜੇਕਰ ਇਹਨਾਂ 4 ਰੂਲਾਂ ਨੂੰ ਫੋਲੋ ਕੀਤਾ ਜਾਵੇਗਾ, ਜਾਣੀ ਕਿ 4 ਨਿਯਮ ਜਿਹੜੇ ਨੇ ਉਹਨਾਂ ਨੂੰ ਫੋਲੋ ਕੀਤਾ ਜਾਵੇਗਾ, ਜਿਸ ਦੇ ਵਿੱਚ ਹਲਦੀ ਦੀ ਰਸਮ, ਡੀਜੇ ਗਾਉਣ ਵਜਾਉਣਾ ਅਤੇ ਪਟਾਕੇ ਚਲਾਉਣਾ, ਅਤੇ ਔਰਤਾਂ ਬਰਾਤ ਦਾ ਸਵਾਗਤ ਨਹੀਂ ਕਰਨਗੀਆਂ, ਇਹਨਾਂ ਚੀਜ਼ਾਂ ਦੇ ਉੱਤੇ ਪਾਬੰਦੀ ਲਗਾਈ ਗਈ ਆ। ਤਾਂ ਤੁਹਾਨੂੰ ਇਹ ਫੈਸਲਾ ਕਿਵੇਂ ਦਾ ਲੱਗਿਆ ਸਾਡੇ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਦੇਣਾ ਨਾ ਭੁੱਲਿਓ।